ਦੀ ਆਪ ਕੋ ਹੋਰ ਕਿਉਂ ਮਸ਼ਵਰਾ ਕਿਆ ਦੇ, ਹਕੂਮਤ ਕੌਣ ਸੀ ਹੈ? ਉਹ ਇਹ ਆਪ ਖਾਣਗੇ ਕਿ ਇਹਨਾਂ ਨੂੰ ਦੇਣਗੇ, ਇਹ ਉਹਨਾਂ ਚਿਰ ਨੂੰ ਨੱਸ ਜਾਣਗੇ। ਇਹ ਮੈਂ ਤੁਹਾਨੂੰ ਦੱਸਦੀ ਹਾਂ, ਮੇਰੀ ਗੱਲ ਲਿਖ ਲਓ, ਇਹ ਚਾਹੁੰਦੇ ਨੇ ਹੈਗੇ ਨੇ ਨੱਸ ਜਾਣਗੇ। ਕੋਈ ਨਹੀਂ, ਕੋਈ ਹਕੂਮਤ ਨਹੀਂ, ਜ਼ੁਲਮ ਦੀ ਹਕੂਮਤ ਹੈਗੀ, ਜ਼ੁਲਮ ਹੋ ਰਿਹਾ। ਫੌਜ ਜਿੰਨੇ ਵੀ ਨੇ ਸਭ ਏਜੰਸੀਆਂ ਸਭ ਰਲੇ ਨੇ, ਉਹਨਾਂ ਨੂੰ ਆਵਾਮ ਦਾ ਮੁਲਕ ਦਾ ਕੋਈ ਨਹੀਂ। ਫੌਜ ਜਿੰਨੇ ਵੀ ਨੇ ਸਭ ਏਜੰਸੀਆਂ ਸਭ ਰਲੇ ਨੇ, ਉਹਨਾਂ ਨੂੰ ਆਵਾਮ ਦਾ ਮੁਲਕ ਦਾ ਕੋਈ ਨਹੀਂ। ਅਸੀਂ 90 ਦੇ ਵਿੱਚ ਆਏ ਨੇ, ਉਹਨਾਂ ਨੇ ਤਾਂ ਇੰਨੀ ਇੰਨੀ ਜਾਇਦਾਦਾਂ ਬਣਾ ਲਈਆਂ, ਜਾਇਦਾਦ ਗੋਲ ਉਮਰ ਕਮਾਈਆਂ ਨੇ। ਹੈਗਾ ਕਿ ਫੌਜ 'ਚ ਜੱਜਾਂ 'ਚੋਂ ਇਹ ਹੋਰ ਜਿਹੜੇ ਨੇ ਇਹ ਤੁਹਾਡੇ ਲੀਡਰਾਂ 'ਚੋਂ, ਇਹਨਾਂ 'ਚੋਂ ਕੋਈ ਬੰਦੇ ਮਰਨ ਤਾਂ ਫਿਰ ਕੰਮ ਸਿੱਧਾ ਹੋਏ। ਖੁਦਾ ਤੋਂ ਜ਼ਿਆਦਾ ਤਾਕਤ ਕਿਸੇ ਦੀ ਨਹੀਂ ਜੀ ਹੈਗੀ। ਇਹ ਮੈਂ ਤੁਹਾਨੂੰ ਦੱਸਦੇ ਹਾਂ, ਇੱਕ ਮਿੰਟ 'ਚ ਪਤਾ ਨਹੀਂ ਕੀ ਹੋ ਜਾਵੇ, ਇੱਥੇ ਜ਼ਲਜ਼ਲਾ ਆ ਜਾਵੇ ਤਾਂ ਕੀ ਹੋਏਗਾ। ਜ਼ਿਆਦੀ ਉਹਦੇ ਵਕਤ ਦੇ ਵਿੱਚ ਆਵਾਮ ਸੁਹੀ ਰਹੀ ਹੈ, ਜੇ ਅੱਜ 10 ਰੁਪਏ ਚੀਜ਼ ਦੇ ਦਿਓ, ਉਹ 11 ਸਾਲ ਹੀ 10 ਰੁਪਏ ਦੀ ਵਿਕੀ ਹੈ। ਪਤਾ ਨਹੀਂ ਹੁਣ 100 ਰੁਪਏ ਦੀ ਹੈ ਅਤੇ ਰਾਤ ਨੂੰ 1000 ਰੁਪਏ ਦੀ ਹੈ। ਅਤੇ ਬਸ ਫਿਰ ਇਹਨਾਂ ਨੇ ਇਹ ਹੈਗੇ ਨੇ ਸਾਰੇ ਚੋਰ ਡਾਕੂ, ਜਿਹੜੇ ਹੈਗੇ ਚੋਰ ਨੇ, ਜਿਹਨਾਂ ਦੇ ਵੱਡੇ ਚੋਰ ਸਨ, ਛੋਟੇ ਚੋਰ ਨਾ ਹੋਣਗੇ। ਹੈਂ ਅਸੀਂ ਕੋਈ 50, 60, 70, 80 ਤੱਕ ਇਹਨਾਂ ਦੇ ਕਿੰਨੇ ਕੁ ਸਾਸੇ ਹੈਗੇ ਸਨ ਦੱਸਣ ਮੈਨੂੰ, ਕੋਈ ਆਵੇ ਕਰੇ ਗੱਲ। ਮਾਸ਼ਾਅੱਲਾ ਪੈਸੇ ਕਮਾ ਲਏ, 100 ਰੁਪਇਆ ਕਮਾਇਆ ਮੇਰੀ ਐਤਮੀ ਕਰ ਜ਼ੁਲਮ ਤੋਂ ਸਵਾਬ ਮੈਂ ਅੱਜ ਤੱਕ ਕੁਛ ਨਹੀਂ ਵੇਖਿਆ, ਜ਼ੁਲਮ ਹੀ ਹੋ ਰਿਹਾ ਜਿਹੜਾ ਦਿਨ ਚੱਲ ਰਿਹਾ। ਅਜੇ ਸਰਬਰਾਜ ਸਹੀ ਨਹੀਂ ਹੈਗੇ, ਸਮਝ ਗਿਆ? ਮੈਂ ਉਹ ਕਰ ਕਰਾ ਕੇ ਮੈਂ ਪੁੱਛਿਆ, ਮੈਂ ਕਿਹਾ ਹੁਣ ਕਿਸਰਾ ਮੁਕਮੀ ਹੈ? ਬੜੇ ਫਕਰ ਦਾ ਕਹਿੰਦਾ 100। ਮੈਂ ਕਿਹਾ ਯੈਸ, ਮੈਂ 100 ਰੁਪਈਆ ਨੂੰ ਫੜਾਇਆ, ਉਹਨੇ ਕਾਪੀ ਥੱਲੇ ਰੱਖ ਲਿਆ। ਅੱਜ ਤਾਂ ਬਹੁਤ ਜੀ ਗੈਸ ਦਾ ਬਿੱਲ ਜਦੋਂ 200 ਆਉਂਦਾ ਸੀ, ਉਹਨੂੰ 2000 ਰੁਪਇਆ ਆਉਂਦਾ ਵੇ, ਠੀਕ ਹੈ। ਜਿੱਦਾਂ ਕਿ ਮਾਰੀ ਜਾ ਰਹੇ ਨੇ ਆਵਾਮ ਨੂੰ, ਹਰ ਗੱਲ ਟਕਸਿਆ ਆਵਾਮ 'ਚ। ਕਦੋਂ ਦੇਵੇਗਾ, ਕਿੱਥੇ ਮਿਲਿਆ? ਉਹ ਇਹ ਆਪ ਖਾਣਗੇ ਕਿ ਇਹਨਾਂ ਨੂੰ ਦੇਣਗੇ, ਇਹ ਉਹਨਾਂ ਚਿਰ ਨੂੰ ਨੱਸ ਜਾਣਗੇ। ਇਹ ਮੈਂ ਤੁਹਾਨੂੰ ਦੱਸਦੇ ਹਾਂ, ਮੇਰੀ ਗੱਲ ਲਿਖ ਲਓ, ਇਹ ਚਾਹੁੰਦੇ ਨੇ ਹੈਗੇ ਨੇ ਨੱਸ ਜਾਣਗੇ। ਤੁਹਾਨੂੰ ਕਿਹਾ ਜੱਜ ਜਿੰਨੇ ਵੀ ਨੇ ਸਭ ਏਜੰਸੀਆਂ ਸਭ ਰਲੇ ਨੇ, ਉਹਨਾਂ ਨੂੰ ਆਵਾਮ ਦਾ ਮੁਲਕ ਦਾ ਕੋਈ ਨਹੀਂ, ਸਮਝ ਗਿਆ? ਇਹ ਨਿਜ਼ਾਮ ਸਿੱਧਾ ਕਿਸ ਤਰ੍ਹਾਂ ਹੋਏਗਾ, ਹੋਏਗਾ ਵੀ ਕਿ ਨਹੀਂ? ਤਾਂ ਇਸ ਤਰ੍ਹਾਂ ਹੋਏਗਾ ਕਿ ਜੱਜਾਂ 'ਚੋਂ ਇਹ ਹੋਰ ਜਿਹੜੇ ਨੇ ਇਹ ਤੁਹਾਡੇ ਲੀਡਰਾਂ 'ਚੋਂ, ਇਹਨਾਂ 'ਚੋਂ ਕੋਈ ਬੰਦੇ ਮਰਨ ਤਾਂ ਫਿਰ ਕੰਮ ਸਿੱਧਾ ਹੋਏਗਾ, ਸਮਝ ਗਿਓ? ਇਹਨਾਂ ਨੂੰ ਮਾਰਨ ਵਾਸਤੇ ਕੌਣ ਆਏਗਾ? ਇਹ ਗੱਲ ਨਾ ਕਰੋ, ਮਾਰਨ ਵਾਸਤੇ ਕੌਣ ਆਏਗਾ? ਖੁਦਾ ਤੋਂ ਜ਼ਿਆਦਾ ਤਾਕਤ ਕਿਸੇ ਦੀ ਨਹੀਂ ਜੀ ਹੈਗੀ। ਇਹ ਮੈਂ ਤੁਹਾਨੂੰ ਦੱਸਦੇ ਹਾਂ, ਇੱਕ ਮਿੰਟ 'ਚ ਪਤਾ ਨਹੀਂ ਕੀ ਹੋ ਜਾਵੇ, ਇੱਥੇ ਜ਼ਲਜ਼ਲਾ ਆ ਜਾਵੇ ਤਾਂ ਕੀ ਹੋਏਗਾ, ਹੋਏਗਾ ਕਿ ਨਹੀਂ? ਅਤੇ ਬਸ ਫਿਰ ਇਹਨਾਂ ਨੇ ਇਹ ਹੈਗੇ ਨੇ ਸਾਰੇ ਚੋਰ ਡਾਕੂ, ਜਿਹੜੇ ਹੈਗੇ ਚੋਰ ਨੇ, ਜਿਹਨਾਂ ਦੇ ਵੱਡੇ ਚੋਰ ਸਨ, ਛੋਟੇ ਚੋਰ ਨਾ ਹੋਣਗੇ। ਹੈਂ ਮੈਨੂੰ ਦੱਸੇ ਕੋਈ 50, 60, 70, 80 ਤੱਕ ਇਹਨਾਂ ਦੇ ਕਿੰਨੇ ਕੁ ਸਾਸੇ ਹੈਗੇ ਸਨ ਦੱਸਣ ਮੈਨੂੰ, ਕੋਈ ਆਵੇ ਕਰੇ ਗੱਲ। ਸਾਡੀ ਵੀ 80 ਸਾਲ ਤੋਂ ਉੱਤੇ ਉਮਰ ਹੋ ਗਈ ਹੈ, ਅਸੀਂ ਵੇਖਿਆ ਨਹੀਂ ਕੀ ਵਿਚਾਰੀ ਆਵਾਮ ਦਾ ਕੀ ਹੁੰਦਾ? ਹੈਂ ਉਹ ਆਪਣੀ ਯਾਸ਼ੀਆਂ 'ਚ ਪਏ, ਇਹਨਾਂ ਨੇ ਸਾਰਾ ਕੁਛ ਗੈਸ ਦੇ ਬਿੱਲਾਂ 'ਚ ਕਿਨ ਪੈਟਰੋਲ ਵਧਾ ਤਾ, ਬਿਜਲੀ ਦੇ ਬਿੱਲਾਂ 'ਚ, ਇਹਨਾਂ 'ਚ ਇਸ ਚੀਜ਼ ਤੋਂ ਆਵਾਮ ਨੂੰ ਬਾਹਰ ਨਿਕਲ ਨਹੀਂ ਆਹ ਤਾਂ ਆਵਾਮ ਨਿਕਲੇਗੀ, ਇਹ ਨਹੀਂ ਕਿ ਨਹੀਂ ਨਿਕਲੇਗੀ, ਇਹ ਭੁੱਲ ਜਾਣ,
ਇਹ ਤਾਂ ਸ਼ਾਇਦ ਕੋਈ ਨਹੀਂ, ਇਹ ਨਾਲ ਵੱਧ ਵੱਧ ਘੁੰਮਦਾ ਸਮਝ ਗਿਆ। ਆਵਾਮ ਨਿਕਲੇਗੀ ਹੁਣ ਬਾਹਰ, ਕਿਉਂ ਕਿ ਉਹਨਾਂ ਨੂੰ ਪਤਾ ਲੱਗ ਗਿਆ ਇੱਕ ਵਾਰੀ ਹੋਇਆ, ਇੱਕੋ ਵਾਰੀ ਅਗਲੇ ਨੂੰ ਜਮਾਈ ਦਾ, ਬਾਰ ਬਾਰ ਨਹੀਂ ਹੈ, ਚੌਥੀ ਵਾਰੀ ਆਏ ਨੇ। ਕੀ ਕੀਤਾ ਇਹਨਾਂ ਨੇ ਮੁਲਕਾਂ 'ਚ? ਕੱਖ ਨਹੀਂ ਕੀਤਾ, ਸਮਝ ਗਿਆ। ਇਹ ਸਾਰੇ ਚੋਰ ਡਾਕੂ ਨੇ, ਬਸ ਆਉਣਗੇ ਲੁੱਟ ਲੁਟਾ ਕੇ ਚਲੇ ਜਾਣਗੇ, ਬਸ ਇਹੀ ਹੈਗਾ ਇਹਨਾਂ ਕੋਲ। ਇਹ ਖਾਨਦਾਨੀ ਚੋਰ ਨੇ, ਡਾਕੂ ਨੇ। ਚੋਰ ਜਿਹੜਾ ਹੁੰਦਾ ਉਹ ਫਿਰ ਕੁਝ ਛੱਡ ਜਾਂਦਾ, ਡਾਕੂ ਕੁਝ ਨਹੀਂ ਛੱਡਦਾ। ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ? ਸਵਾਰੀਆਂ ਮਿਲ ਰਹੀਆਂ ਨੇ? ਨਹੀਂ ਮਿਲਦੀਆਂ ਪਈਆਂ, ਸਮਝ ਗਿਆ ਨਾ। ਮੈਂ ਸੰਨ 70 ਦਾ ਰਿਕਸ਼ਾ ਚਲਾ ਰਿਹਾ ਵਾਂ। ਤੁਹਾਡੀ 70 ਸਾਲ ਤੋਂ, ਯਾਨੀ ਕਿ 52 ਸਾਲ ਤੋਂ ਤਕਰੀਬਨ ਤੁਸੀਂ ਰਿਕਸ਼ਾ ਚਲਾ ਰਹੇ ਹੋ, ਕੀ ਖੋਇਆ? ਕੀ ਖੋਇਆ? ਅੱਜ ਤੱਕ ਰੋਟੀ ਦੀ ਰਾਤ ਪੂਰੀ ਹੁੰਦੀ, ਇੱਕ ਮੈਂ ਵਾਂ, ਇੱਕ ਮੇਰੀ ਬੱਚੀ ਹੈ, ਉਹਦਾ ਜ਼ਿਹਨ ਸਹੀ ਨਹੀਂ ਹੈਗਾ, ਸਮਝ ਗਿਆ। ਅਸੀਂ ਤਾਂ ਇੱਥੇ ਚੋਰ ਬਜ਼ਾਰ ਤੋਂ ਸਵਾ ਕੁਛ ਨਹੀਂ ਵੇਖਿਆ। ਤੁਸੀਂ ਸੰਨ 70 ਤੋਂ ਰਿਕਸ਼ਾ ਚਲਾ ਰਹੇ ਹੋ, ਕੁਛ ਨਹੀਂ ਬਣਾਇਆ, ਲੇਕਿਨ ਜਿਹੜੇ ਹਕੂਮਤ ਦੇ ਵਿੱਚ 80-85-90 ਦੇ ਵਿੱਚ ਆਏ ਨੇ, ਉਹਨਾਂ ਨੇ ਤਾਂ ਇੰਨੀਆਂ ਜਾਇਦਾਦਾਂ ਬਣਾ ਲਈਆਂ। ਜਾਇਦਾਦ ਦੋ ਨੰਬਰ ਕਮਾਈਆਂ ਨੇ, ਮੈਨੂੰ ਦੱਸੋ ਕਿੱਥੋਂ ਆ ਗਈਆਂ ਕਮਾਈਆਂ? ਇਸ ਉਮਰ ਦੇ ਵਿੱਚ ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ, ਘਰ ਬੈਠ ਕੇ। ਕਿਹਦੇ ਸਿਰ 'ਤੇ ਕਰੀਏ, ਕੌਣ ਆਰਾਮ ਕਰਵਾਉਂਦਾ? 5 ਸਾਲ ਹੋ ਗਏ ਫੌਜ ਹੋ ਗਈ ਹੈ, ਨਹੀਂ ਆ ਬੱਚੀ ਮੇਰੀ, ਇੱਕ ਉਹਦਾ ਜ਼ਿਹਨ ਸਹੀ ਨਹੀਂ ਹੈਗਾ, ਨਹੀਂ ਹੈ। ਰੋਟੀ ਬਾਜ਼ਾਰੋਂ ਖਾਂਦੇ ਹਾਂ, ਕੱਪੜੇ ਧੋਬੀ ਕੋਲ ਧੋਲਦੇ ਹਾਂ, ਆਪ ਧੋਲਦੇ ਹਾਂ, ਕੀ ਕਰੀਏ, ਕਿੱਥੋਂ ਗੁਜ਼ਾਰਾ ਕਰੀਏ। ਲੇਕਿਨ ਮੀਡੀਆ 'ਤੇ ਬਹਿ ਕੇ ਟਿਕਟੋਕ ਬਣਾ ਕੇ ਕਹਿ ਰਹੇ ਨੇ, ਅਸੀਂ ਤਾਂ ਮਈਸ਼ਤ ਬੜੀ ਚੰਗੀ ਕਰਤੀ, ਜੋ ਪਹਿਲੇ 24% 40% ਸੀ ਉਹ 20%। ਦੋ ਘੁੰਮਦਾ ਵੇਖੀਆਂ ਮੈਂ ਆਪਣੀ ਹੋਸ਼ੀ 'ਚ, ਅਯੂਬ ਖਾਂ ਦੀ, ਉਹ ਗੈਰ ਤੋਂ ਵੱਧ ਬੰਦਾ ਸੀ। ਦੂਜੀ ਘੁੰਮਤ ਆਈ ਸੀ ਇਹਦੀ ਜਨਰਲ ਜ਼ਿਆ ਦੀ, ਉਹਦੇ ਵਕਤ ਦੇ ਵਿੱਚ ਆਵਾਮ ਸੁਹੀ ਰਹੀ ਹੈ। ਜੇ ਅੱਜ 10 ਰੁਪਏ ਚੀਜ਼ ਦੇ ਦਿਓ, ਉਹ 11 ਸਾਲ ਹੀ 10 ਰੁਪਏ ਦੀ ਵਿਕੀ ਹੈ। ਇੱਥੇ ਤਾਂ ਪਤਾ ਨਹੀਂ ਹੈਗਾ, ਹੁਣੇ 100 ਰੁਪਏ ਦੀ ਹੈ ਅਤੇ ਰਾਤ ਨੂੰ 1000 ਰੁਪਏ ਦੀ ਹੈ, ਸਮਝ ਗਿਆ। ਇੱਥੇ ਤਾਂ ਸਵਾਦ ਚੋਰ ਬਜ਼ਾਰੀ ਤੋਂ ਕੁਛ ਨਹੀਂ ਹੈਗਾ। ਤੁਹਾਡੇ ਮਾਸ਼ਾਅੱਲਾ ਕਿੰਨੇ ਬੱਚੇ ਨੇ? ਬੱਚੇ 5 ਨੇ, 3 ਬੇਟੀਆਂ, 2 ਬੇਟੇ, ਸਭ ਆਪੋ ਆਪਣੇ ਨੇ। ਸ਼ਾਦੀਸ਼ੁਦਾ ਕਰਤੀਆਂ ਨੇ ਸਾਰੀਆਂ? ਬੀਵੀ 5 ਸਾਲ ਫੋਟ ਹੋ ਗਈ ਹੈ, ਅਤੇ ਅਸੀਂ ਇਸ ਵੇਲੇ ਪਿਓ ਧੀ ਇਕੱਲੇ ਗਏ ਹਾਂ, ਜਿਹਦਾ ਇੱਕ ਜ਼ਿੰਦਗੀ ਸਹੀ ਨਹੀਂ। ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ, ਰਿਕਸ਼ਾ ਰੈਂਟ ਦਾ ਵੇ। ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਮਾਸ਼ਾਅੱਲਾ ਪੈਸੇ ਕਮਾਏ? 100 ਰੁਪਇਆ ਕਮਾਇਆ ਮੇਰੀ। ਇਹ ਤਾਂ ਮੈਂ ਕਿਹਾ ਰਿਕਸ਼ਾ ਤੁਹਾਡਾ ਆਪਣਾ ਕਿਰਾਏ ਦਾ? ਕਿਰਾਏ ਦਾ? ਉਹ ਤਾਂ ਰਿਕਸ਼ੇ ਦੀ ਦਿਹਾੜੀ ਵੀ ਨਹੀਂ ਨਿਕਲੀ ਹੋਣੀ? ਨਹੀਂ ਨਿਕਲੀ, ਪੈਟਰੋਲ ਗੈਸ ਦੇ ਪੈਸੇ ਵੀ ਪੂਰੇ ਹੋਏ। ਕਿੱਥੋਂ ਜਾਈਏ, ਘਰੋਂ ਬਾਹਰ ਕੋਈ ਨਹੀਂ। ਹੁਣ ਘਰ ਜਾਓਗੇ, ਜਿਹੜੀ ਮਾਜ਼ੂਰ ਬੱਚੀ ਹੈ ਉਹਦੇ ਖਾਣ ਪੀਣ ਦਾ ਇੰਤਜ਼ਾਮ ਕਿਸ ਤਰ੍ਹਾਂ ਚਲਾਓਗੇ? ਸੋ ਜਾਵਾਂਗੇ, ਬਸ ਤੁਹਾਡੇ ਉੱਪਰੋਂ ਫੜ ਲਾਂਗੇ ਉਧਾਰ, ਉਹਦੇ ਕੋਲ ਫੜ ਲਿਆ ਇਸ ਤਰ੍ਹਾਂ। ਅੱਜ ਫੜ ਲਓਗੇ, ਸਵੇਰੇ ਫਿਰ ਕਿਸ ਤਰ੍ਹਾਂ? ਸਵੇਰੇ ਫਿਰ ਦੇਣੇ ਪੈਣੇ, ਉਹਨੂੰ ਫਿਰ ਚਲਾਵਾਂਗੇ, ਫਿਰ ਮਜ਼ਬੂਤ ਹੋਈ। ਮੈਂ ਤਾਂ ਅੱਜ ਤੱਕ ਸੁੱਖ ਨਹੀਂ ਵੇਖਿਆ ਇਸ ਮੁਲਕ ਦੇ ਵਿੱਚ ਆਪਣੇ 'ਚ, ਸਮਝ ਗਿਆ। ਜ਼ੁਲਮ ਤੋਂ ਸਵਾ ਮੈਂ ਅੱਜ ਤੱਕ ਕੁਛ ਨਹੀਂ ਵੇਖਿਆ, ਜ਼ੁਲਮ ਹੀ ਹੋ ਰਿਹਾ ਜਿਹੜਾ ਦਿਨ ਚੱਲ ਰਿਹਾ, ਮੈਂ ਸਮਝਿਆ ਜ਼ੁਲਮ ਦਾ ਵੇ। ਕੀ ਵਜ੍ਹਾ ਸਾਡੇ ਮੁਲਕ ਦਾ ਨਿਜ਼ਾਮ ਕਿਉਂ ਨਹੀਂ ਸਿੱਧਾ ਹੁੰਦਾ, ਕਿਉਂ ਨਹੀਂ ਜਾਂ ਇਹ ਕਰਨਾ ਨਹੀਂ ਚਾਹੁੰਦੇ, ਜਾਂ ਸਾਡੇ ਸਰਬਰਾਜ ਸਹੀ ਨਹੀਂ ਹੈਗੇ, ਸਮਝ ਗਿਆ। ਹਕੂਮਤ ਸਹੀ ਨਹੀਂ, ਇੱਕ ਮਾਮੂਲੀ ਵਾਲਟਨ ਲਾ ਲਓ, ਉਹ ਕਹਿੰਦੇ ਅਸੀਂ ਨਹੀਂ ਖਾਂਦੇ, ਮੈਂ ਕਹਿੰਦਾ ਕਿਉਂ ਨਹੀਂ ਖਾਂਦੇ? ਉਹ ਤਾਂ ਸਿਰਫ ਮੋਟਰਸਾਈਕਲ ਵਾਲੇ ਨੂੰ ਰੋਕ ਕੇ ਚਲਾਨ ਕੱਢੀ ਜਾ ਰਹੇ ਨੇ, ਗੱਡੀ ਵਾਲਿਆਂ 'ਚ ਇੰਜਨ ਨਿਕਲ ਜਾਂਦਾ, ਮਾਰ ਮੂਰ ਕੇ ਨਿਕਲ ਜਾਂਦਾ, ਅਤੇ ਵਿਚਾਰਾ ਆਉਂਦਾ ਉਹੀ ਰਿਕਸ਼ੇ ਵਾਲਾ ਆਉਂਦਾ ਜਾਂ ਮੋਟਰਸਾਈਕਲ ਵਾਲਾ। ਮੈਂ ਤੁਹਾਨੂੰ ਗੱਲ ਇੱਕ ਦੱਸਦਾ ਵਾਂ, ਮੈਂ ਤੁਹਾਨੂੰ ਹੁਣ ਸੰਸਦ ਆ ਸਕਦਾ ਆਪਣਾ ਸੰਨ 70 ਦਾ, ਸਮਝ ਗਿਆ। ਹਾਰ ਰੋਡ ਚੌਂਕ ਦੇ ਵਿੱਚ ਮੈਂ ਸਵਾਰੀ ਲਾਈ, ਵਾਲਟਨ ਮੇਰੇ ਕੋਲ ਆ ਗਿਆ, ਕਹਿੰਦਾ ਡਾਕੂਮੈਂਟ। ਮੈਂ ਮੇਰਾ ਹਾਸਾ ਨਿਕਲ ਗਿਆ, ਮੈਂ ਕਿਹਾ ਯਾਰ ਤੇਰੀ ਉਹਦੀ ਉਮਰ ਨਹੀਂ ਹੋਣੀ ਜਦੋਂ ਮੇਰੇ ਕੋਲ ਲਾਇਸੈਂਸ ਹੈਗਾ। ਉਹ ਕਹਿੰਦਾ ਦਿਖਾਓ, ਮੈਂ ਦਿਖਾਇਆ, ਉਹ ਕਰ ਕਰਾ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹੁਣ ਕਿਸ ਤਰ੍ਹਾਂ ਮੁੱਕਦੀ ਹੈ? ਬੜੇ ਫਕਰ ਦਾ ਕਹਿੰਦਾ 100। ਮੈਂ ਕਿਹਾ ਯੈਸ,
ਮੈਂ 100 ਰੁਪਈਆਂ ਨੂੰ ਫੜਾਇਆ ਉਹਨੇ ਕਾਪੀ ਥੱਲੇ ਰੱਖ ਲਿਆ। ਮੈਂ ਕਿਹਾ ਵਾਹ ਪਾਕਿਸਤਾਨ, ਪਾਕਿਸਤਾਨ ਕਾ ਮਕਸਦ ਲਾ ਇਲਾਹ ਇਲਾਹ ਮੁਹੰਮਦ, ਲਾ ਇਲਾਹ ਇਲਾਹ ਮੁਹੰਮਦ ਰਸੂਲਾ ਖਾਵਾਂਗੇ ਅਸੀਂ ਵੀ, ਪਰ 4 ਦਿਨ ਠਹਿਰ ਕੇ। ਮੈਂ ਕਿਹਾ ਉਹ ਵਕਤ ਆ ਗਿਆ ਹੈ ਸਮਝ ਗਿਆ। ਅਤੇ ਮੈਂ ਕਿਹਾ ਮੈਂ ਤਾਂ ਅੱਜ ਤੱਕ ਸੋਨੀਆ ਕੋਈ ਨਹੀਂ ਵੇਖਿਆ, ਜਿਹੜਾ ਕੋਈ ਆਵਾਮ ਦਾ ਖੈਰ ਖਾ ਆਇਆ। ਨਾਰੇ ਮਰਵਾਉਂਦੇ ਨੇ ਬਾਹਾਂ ਚੁਕਾ ਗਏ, ਹਮ ਗਰੀਬੋ ਕੇ ਲਈ ਯੇ ਕਰੇਂਗੇ ਅਤੇ ਫੋਕ ਕਰੇਂਗੇ, ਤਾਂ ਗਰੀਬ ਹੀ ਮਰਦਾ ਪਿਆ, ਤਾਂ ਗਰੀਬ ਨਾਲ ਹੀ ਜ਼ੁਲਮ ਹੋ ਰਿਹਾ। ਇਹ ਬੱਤੀਆ ਬਿੱਲ ਵੇਖ ਲਾ ਜੀ ਨਾਜ਼ਰੀਨ, ਇਹ ਦੇਖ ਰਹੇ ਹਾਂ ਯੇ ਰਿਲੀਫ ਹੈ ਮੀਆਂ ਸ਼ਬਾਜ ਸ਼ਾਹ ਵਜ਼ੀਰ ਆਜ਼ਮ ਸਾਹਿਬ, ਯੇ ਆਪ ਪਰ ਰਿਲੀਫ ਹੈ ਜੋ ਮੁਹਤਰਮਾ ਪੰਜਾਬ ਕੀ ਜੋ ਕਿਆ ਕਹਤੇ ਹੈ ਮਰੀਮ ਨਵਾਜ਼ ਹੈ, ਯੇ ਰਿਲੀਫ ਆਪਕਾ ਹੈ ਜੋ ਆਪ ਆਵਾਮ ਕੋ ਰਿਲੀਫ ਦੇ ਰਹੀ ਹੈ। ਮੀਡੀਆ ਪੇ ਬੈਠ ਬੈਠ ਕੇ ਜੋ ਆਪ ਦਾਅਵੇ ਕਰੀ, ਯੇ ਦੇਖ ਰਹੇ ਹਾਂ ਯੇ ਇੱਕ 70 ਸਾਲ ਕਾ ਬਾਬਾ ਹੈ ਜੋ ਸਨ 70 ਸੇ ਰਕਸ਼ਾ ਚਲਾ ਰਹਾ ਹੈ, ਠੀਕ ਹੈ, ਔਰ ਇਸਕੀ ਜੋ ਕਿਆ ਕਹਤੇ ਕਫਾਲਤ ਕੇ ਲੀ ਜੋ ਇੱਕ ਕਿਆ ਕਹਤੇ ਜ਼ਹਿਨੀ ਮਰੀਜ਼ਾ ਜੋ ਉਸਕੀ ਬੇਟੀ ਹੈ ਵੋ ਉਸਕੀ ਕਫਾਲਤ ਕਰਾ, ਉਸ ਵਾਸਤੇ ਇਸਨੇ 300 ਰੁਪਏ ਕਮਾਏ। ਔਰ ਬਤਾ ਰਿਹਾ ਕਿ ਮੇਰੇ ਘਰ ਆਪਕਾ ਬਿਜਲੀ ਕਾ ਬਿੱਲ ਕਿਤਨਾ ਆਇਆ? ਬਿੱਲ ਪਾਏ ਨੇ ਆਪਣਾ 33,260 ਰੁਪਏ, 33,000 ਕੇ ਕਰੀਬ ਇਨਕਾ ਬਿੱਲ ਆ ਰਹਾ। ਯੇ ਰਿਲੀਫ ਹੈ ਜੋ ਆਪ ਯੇ ਗਰੀਬ ਆਦਮੀ ਕੋ ਗਰੀਬ ਸ਼ਹਿਰੀ ਕੋ ਦੇ ਰਹੇ ਹੈ, ਜੋ ਹਮ ਗਰੀਬ ਕੀ ਆਵਾਜ਼ ਆਪ ਤੱਕ ਪਹੁੰਚਾ ਰਹੇ ਹੈ ਕਿ ਇਸ ਟਾਈਮ ਜੋ ਕਿ ਪੰਜਾਬ ਕੀ ਜੋ ਸੂਰਤ ਹਾਲ ਹੈ ਕਿਆ ਹੈ ਕਿ ਆਪਣੇ ਸਾਰੇ ਟੈਕਸੀ ਜੋ ਹੈ ਬਿੱਲੋ ਮੈਂ ਗੈਸ ਮੈਂ ਉਨਮੇ ਹੀ ਦੇ ਕੇ ਇਨ ਵਿਚਾਰੋ ਕੋ ਮਾਰ ਰੱਖਾ ਹੈ। ਮਾਰ ਦਿੱਤਾ ਬਾਊ ਜੀ, ਗੈਸ ਦਾ ਬਿੱਲ ਜਦੋਂ 200 ਆਉਂਦਾ ਸੀ ਉਹਨੂੰ 2,000 ਰੁਪਏ ਆਉਂਦਾ ਵੇ, ਕੀ ਕਰੇ, ਬਿੱਲਾਂ 'ਚ ਮਾਰੀ ਜਾ ਰਹੇ ਨੇ ਆਵਾਮ ਨੂੰ, ਹਰ ਗੱਲ ਟੈਕਸ ਆਵਾਮ 'ਤੇ, ਹਰ ਟੈਕਸ ਆਵਾਮ 'ਤੇ, ਕਿੱਥੋਂ ਆਵਾਮ ਲਿਆਵੇ? ਜਿਹੜੇ ਰਾਤ ਨੂੰ ਏਸੀ ਚਲਾ ਚਲਾ ਕੇ ਸੌਂਦੇ ਪਏ ਨੇ ਉਹਨਾਂ ਦੀਆਂ ਬੱਤੀਆਂ ਚੋਰੀ ਹੋ ਰਹੀਆਂ ਨੇ, ਉਹਨਾਂ ਨੂੰ ਉਹਨਾਂ ਕੋਲੋਂ ਖਾ ਰਹੇ ਨੇ ਬਸ। ਕਮ ਸੇ ਕਮ ਇਨ ਜੈਸੇ ਜੋ ਅਫਰਾਦ ਹੈ ਉਨਕੋ ਤੋ ਰਿਲੀਫ ਦਿਆ ਜਾਏ, ਤਾਂ ਕਿ ਜੋ ਇਤਨਾ ਯੂਨਿਟ ਨਹੀਂ ਇਸਤੇਮਾਲ ਕਰਤੇ ਉਨਕੋ ਤੋ ਜੋ ਉਨਕੇ ਯੂਨਿਟ ਕੇ ਮੁਤਾਬਿਕ ਵੀ ਬਿੱਲ ਦਿਆ ਜਾਏ, ਉਨਕੋ ਪਤਾ ਨਹੀਂ ਚਲਤਾ ਕਿ ਹਮਾਰੇ ਯੂਨਿਟ ਕਿਤਨੇ ਹੈ, ਬਿੱਲ ਕਾ ਉਨਕੋ ਪਤਾ ਹੈ ਕਿ 25-30,000 ਰੁਪਏ ਹਮਨੇ ਬਿੱਲ ਗਰੀਬ ਆਦਮੀ ਕੋ ਦੇਣਾ ਹੈ। ਹਾਲੇ ਨਹੀਂ ਦੇ ਸਕਦੇ, ਕੋਈ ਮਸ਼ਵਰਾ ਦੇਣਾ ਚਾਹਤੇ ਹੈਂ ਹਕੂਮਤ ਕੋ? ਕਿਆ ਮਸ਼ਵਰਾ ਬਤਾ ਦੇ ਦੀਏ ਆਪਕੋ, ਔਰ ਕਿਆ ਮਸ਼ਵਰਾ ਕਿਆ ਦੇ, ਹਕੂਮਤ ਕੌਣ ਸੀ? ਕੋਈ ਨਹੀਂ, ਕੋਈ ਹਕੂਮਤ ਨਹੀਂ, ਜ਼ੁਲਮ ਦੀ ਹਕੂਮਤ ਹੈਗੀ, ਜ਼ੁਲਮ ਹੋ ਰਿਹਾ ਬਸ, ਇਸ ਤੋਂ ਅੱਗੇ ਕੋਈ ਗੱਲ ਨਹੀਂ।